ਅਸਲਾਮ ਵਾਲੇਕਮ ਜੀ, ਸਤਿ ਸ੍ਰੀ ਅਕਾਲ। ਵੇਖੋ ਪੰਜਾਬ ਚੈਨਲ ਤੇ ਜੀਆਂ ਨੂੰ ਸੋਹਣਿਓ ਜਿਉਂਦੇ ਵਾਸਤੇ ਰਹੋ। ਮੈਂ ਸਜਾਦ ਜੱਟ ਰੂਬਰੂ ਆ ਤੁਹਾਡੇ YouTube ਦੇ ਉੱਤੇ। ਦੇਸ਼ ਬੁੱਕ ਇੱਕ ਪ੍ਰੋਗਰਾਮ ਹੈ ਜਿਹੜਾ ਕਿ GNN TV ਚੈਨਲ ਉਹਦੇ ਉੱਤੇ ਚੱਲਦਾ ਹੈ, ਤੇ ਉਹ YouTube ਦੇ ਉੱਤੇ ਮੈਂ ਵੇਖਿਆ। TV ਚੈਨਲ ਦਾ ਉਹ ਪ੍ਰੋਗਰਾਮ ਨਹੀਂ ਸੀ ਵੇਖਿਆ, ਮੈਂ ਰਿਕਾਰਡ ਹੋਇਆ, ਅਪਲੋਡ ਹੋਇਆ YouTube ਦੇ ਉੱਤੇ ਵੇਖਿਆ। 3 ਦਿਨ ਪਹਿਲੇ ਉਹ ਲੱਗਿਆ ਜੀ, ਜਿਹਦੇ ਵਿੱਚ ਨਾਸਰ ਢਿੱਲੋਂ ਜਿਹੜਾ ਉਹ ਸ਼ਾਮਿਲ ਹੋਇਆ ਉਸ ਪ੍ਰੋਗਰਾਮ ਦੇ ਵਿੱਚ। ਮੈਂ ਜੁਨੇਦ ਸਲੀਮ ਸਾਹਿਬ ਉਹਦੇ ਆਪਣਾ ਐਂਕਰ ਪਰਸਨ ਨੇ, ਬੜਾ ਸ਼ਾਨਦਾਰ ਪ੍ਰੋਗਰਾਮ ਕਰਦੇ ਨੇ। ਰੱਬ ਦੀ ਸੌ, ਮੈਂ ਖੁਦ ਉਹਨਾਂ ਦੇ ਬੜੇ ਬੜੇ ਪ੍ਰੋਗਰਾਮ ਵੇਖਣ, ਕੋਈ ਹੈ ਪ੍ਰੋਗਰਾਮ ਜਿਹੜਾ ਕਿ ਮੇਰੇ ਕੋਲ ਮਿਸ ਹੋ ਜੇ। ਤੇ ਅੱਜ ਕੱਲ੍ਹ ਉਹਨਾਂ ਇੱਕ ਸਿਲਸਿਲਾ ਸ਼ੁਰੂ ਕੀਤਾ ਕਿ ਜਿਹੜੇ ਕਿ ਨਾਮਚੀਨ ਬੰਦੇ ਨੇ ਨਾ, ਕੋਈ ਨਾਂ ਵਾਲੇ ਜਿਹੜੇ ਬੰਦੇ ਨੇ, ਜਿਵੇਂ ਟਿਕਟੋਕਰ ਹੋ ਗਿਆ ਜਾਂ ਹੋਰ ਜਿਹੜਾ ਕਿ ਬੜਾ ਅੱਛਾ ਕੰਮ ਕਰਦੇ ਨੇ ਯੂਟਿਊਬ ਦੇ ਉੱਤੇ, ਫੇਸਬੁੱਕ ਤੇ, ਟਿਕਟੋਕ ਤੇ, ਉਹਨਾਂ ਨੂੰ ਉਹ ਬੁਲਾ ਰਹੇ ਨੇ, ਆਪਣਾ ਮਹਿਮਾਨ ਬਣਾਉਂਦੇ ਨੇ, ਪ੍ਰਾਹੁਣਾ ਬਣਾਉਂਦੇ ਨੇ, ਤੇ ਗੱਲਾਂ ਬਾਤਾਂ ਕਰਦੇ ਨੇ, ਬੜਾ ਸ਼ਾਨਦਾਰ। ਫਿਰ ਨਸੀਮ ਵਿੱਕੀ ਦੀਆਂ ਜਿਹੜੀਆਂ ਕਿ ਉਹਦੇ ਵਿੱਚ ਉਹ ਇੱਕ ਰੋਲ ਕਰਦਾ, ਬੜੇ ਸ਼ਾਨਦਾਰ ਰੋਲ ਕਰਦਾ, ਮੈਨੂੰ ਉਹ ਬਹੁਤ ਜ਼ਿਆਦਾ ਪਸੰਦ। ਲੇਕਿਨ ਮਾਫੀ ਚਾਹੁੰਦਾ ਕਿ ਅੱਜ ਮੈਂ ਇਹਨਾਂ ਸਾਰਿਆਂ ਦੇ ਨਾਲ ਇਤਫਾਕ ਨਹੀਂ ਕਰ ਰਿਹਾ, ਬਲਕਿ ਇਹਨਾਂ ਦੇ ਖਿਲਾਫ ਹੈ ਮੇਰੀ ਵੀਡੀਓ, ਤੇ ਖਿਲਾਫ ਕੋ ਮੈਨੂੰ ਕੋਈ ਜ਼ਾਤੀ ਰੰਜਿਸ਼ ਨਹੀਂ, ਅਦਾਵਤ ਨਹੀਂ ਇਹਨਾਂ ਨਾਲ ਕਿ ਮੈਂ ਕੋਈ ਪੈਲੀਆਂ ਜ਼ਮੀਨਾਂ ਵੰਡਣੀਆਂ ਇਹਨਾਂ ਤੋਂ। ਉਹ ਤੁਸੀਂ ਗੱਲ ਸੁਣ ਲਵੋ ਕਿ ਕਿਸ ਵਾਸਤੇ ਮੈਂ ਇਹਨਾਂ ਦੇ ਖਿਲਾਫ ਬਰਾਏ ਇਸਲਾਮ ਹੈ ਵੀਡੀਓ ਕਰਨ ਜਾ ਰਿਹਾ। ਇਹਨਾਂ ਨੇ ਕੀ ਉਹ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਕਹਾਂਗਾ ਕਿ ਚਵਲ ਮਾਰੀ ਇਹਨਾਂ ਨੇ। ਜੁਨੇਦ ਸਾਹਿਬ ਐਡਾ ਵੱਡਾ ਤੁਹਾਡਾ ਨਾਂ, ਨਸੀਮ ਵਿੱਕੀ ਯਾਰ ਤੇਰਾ ਐਡਾ ਵੱਡਾ, ਤੂੰ ਉੱਧਰ ਇੰਡੀਆ ਵਿੱਚ ਵੀ ਕੰਮ ਕਰਕੇ ਆਇਆ, ਦੁਨੀਆ ਤੈਨੂੰ ਉੱਧਰ ਵੀ ਇੰਨਾ ਪਿਆਰ ਕਰਦੀ, ਤੇ ਯਾਰ ਇਹੋ ਜਿਹੀ ਖੱਚ ਮਾਰਨੀ ਸੀ ਆਪਣੇ ਪ੍ਰੋਗਰਾਮ ਸ਼ੋਅ ਦੇ ਵਿੱਚ ਬਹਿ ਕੇ। ਫਿਰ ਇਸ ਤੋਂ ਵੀ ਵੱਡਾ ਅਫਸੋਸ ਜਿਹੜਾ ਮੈਨੂੰ ਹੋਇਆ, ਨਾਸਰ ਢਿੱਲੋਂ ਦੇ ਹੋਇਆ ਯਾਰ, ਇੱਕ ਪੰਜਾਬੀ ਦਾ ਕੰਮ ਕਰਨ ਵਾਲਾ ਬੰਦਾ ਜਿਹੜਾ ਕਿ ਦੋਨੇ ਮੁਲਕਾਂ ਦੇ ਪੰਜਾਬੀਆਂ ਨੂੰ, ਲੋਕਾਂ ਨੂੰ ਮਿਲਾ ਰਿਹਾ, ਸੈਂਕੜੇ ਖਾਨਦਾਨ ਨੂੰ ਇਹ ਬੰਦਾ ਮਿਲਾ ਚੁੱਕਿਆ, ਇਸ ਪੰਜਾਬੀ ਜ਼ਬਾਨ ਨੇ, ਇਹਨਾਂ ਚੜ੍ਹਦੇ ਪੰਜਾਬ ਲਹਿੰਦੇ ਪੰਜਾਬ ਦੇ ਲੋਕਾਂ ਨੇ ਇਸ ਬੰਦੇ ਨੂੰ ਇੰਤਹਾਈ ਇੱਜ਼ਤ ਬਖਸ਼ੀ, ਖਾਸ ਕਰ ਚੜ੍ਹਦੇ ਪੰਜਾਬ ਦੇ ਸਿੱਖ ਭੈਣ ਭਰਾਵਾਂ ਨੇ ਇੰਤਹਾਈ ਇਸ ਬੰਦੇ ਨੂੰ ਇੱਜ਼ਤ ਦਿੱਤੀ, ਇਹਨੂੰ ਸਿਰ ਮੱਥੇ ਤੇ ਬਿਠਾਇਆ। ਲੇਕਿਨ ਅਫਸੋਸ ਨਾਲ ਕਿਹਾ ਜਾਂਦਾ ਹੈ ਕਿ ਇਹ ਵੀ ਬੰਦਾ ਜਿਹੜਾ ਜਦੋਂ ਸਿੱਖਾਂ ਦੀ ਬਿਸਤੀ ਹੋਣ ਡਈ ਸੀ, ਜੁਨੇਦ ਸਲੀਮ ਤੇ ਨਸੀਮ ਵਿੱਕੀ ਜਦੋਂ ਬਿਸਤੀ ਕਰ ਰਹੇ ਸਨ, ਸਰੇਆਮ ਨੈਸ਼ਨਲ TV ਤੇ ਬਹਿ ਕੇ ਇਹ ਵੀ ਬੰਦਾ ਦੰਦ ਕੱਢੀ ਜਾ ਰਿਹਾ ਸੀ। ਉਹ ਸੁਣ ਲਓ ਕਿ ਇਹਨਾਂ ਨੇ ਹਰਕਤ ਕੀ ਕੀਤੀ ਹੈ, ਉਹ ਤੁਹਾਨੂੰ ਪ੍ਰੋਗਰਾਮ ਵਿਖਾਉਣਾ, ਉਹ ਕਲਿੱਪ ਵੀ ਮੈਂ ਕੱਟ ਕੇ ਵਿਖਾਇਆ, ਇਹਦੇ ਵਿੱਚ ਤੁਹਾਨੂੰ ਅੱਗੇ ਚਲਵਾਉਣਾ ਮੈਂ, ਇਹ ਸਟ੍ਰਾਈਕ ਦੇ ਦੇਣ ਤੇ ਮੈਨੂੰ ਨਹੀਂ ਪਤਾ, ਲੇਕਿਨ ਮੈਂ ਕਲਿੱਪ ਚਲਵਾਉਣਾ ਜ਼ਰੂਰ ਹੈ। ਫਿਰ ਤੁਹਾਨੂੰ ਦੱਸਾਂਗਾ ਕਿ ਉਹ ਪ੍ਰੋਗਰਾਮ ਕਿਹੜਾ ਤੇ ਉਹਦੇ 9 ਮਿੰਟ ਤੇ ਜਾ ਕੇ ਇਹਨਾਂ ਨੇ ਖੱਚ ਮਾਰੀ ਹੈ। ਸੁਣੋ ਇਹਨਾਂ ਨੇ ਕੀਤਾ ਕੀ ਹੈ। ਪਹਿਲੇ ਨੰਬਰ ਤੇ ਜੁਨੇਦ ਸਲੀਮ ਸਾਹਿਬ, ਮੈਂ ਯਕੀਨ ਮੰਨੋ ਤੁਹਾਨੂੰ ਬੜਾ ਸਮਝਦਾਰ ਤੇ ਪੜ੍ਹਿਆ ਲਿਖਿਆ ਬੰਦਾ ਸਮਝਦਾ ਸਾਂ, ਲੇਕਿਨ ਆ ਤੁਹਾਡੀ ਹਰਕਤ ਵੇਖ ਕੇ ਨਾ ਤੇ ਮੈਨੂੰ ਤੁਹਾਡੇ ਤੇ ਅਫਸੋਸ ਹੋਇਆ, ਕਿੱਧਰ ਗਈਆਂ ਤੁਹਾਡੀਆਂ ਡਿਗਰੀਆਂ ਤੇ ਤਲੀਮ ਤੇ ਸਾਰਾ ਕੁਝ। ਫਿਰ ਨਸੀਮ ਵਿੱਕੀ ਸਾਹਿਬ, ਮੈਨੂੰ ਤੁਹਾਡੇ ਤੇ ਵੀ ਬੜਾ ਦੁੱਖ ਹੋਇਆ ਕਿ ਯਾਰ ਇੱਕ ਪਾਸੇ ਤੁਸੀਂ ਆਉਂਦੇ ਹੋ, ਅਸੀਂ ਪੰਜਾਬੀ ਨਾਲ ਪਿਆਰ ਕਰਨ ਵਾਲੇ, ਪੰਜਾਬ ਨਾਲ ਪਿਆਰ ਕਰਨ ਵਾਲੇ, ਇਸ ਧਰਤੀ ਨਾਲ ਪਿਆਰ ਕਰਨ ਵਾਲੇ, ਤੁਸੀਂ ਦਿਲ ਤੋੜੇ ਆਪਣੇ ਸ਼ੋਅ ਦੇ ਵਿੱਚ, ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਉੱਤੇ। ਇਹਨਾਂ ਨੇ ਕੀ ਆਖਿਆ ਕਿ ਨਾਸਰ ਢਿੱਲੋਂ, ਕਿਉਂਕਿ ਪਹਿਲੇ ਸੋਸ਼ਲ ਮੀਡੀਆ ਦੇ ਉੱਤੇ ਆਉਣ ਤੋਂ ਪਹਿਲੇ ਨਾ, ਉਹ ਬੰਦਾ ਪਹਿਲੇ ਪੰਜਾਬ ਪੁਲਿਸ ਵਿੱਚ ਸੀ, ਉਹਨੇ ਨੌਕਰੀ ਖਰਚ ਛੱਡ ਦਿੱਤੀ ਤੇ ਉਹ ਫਿਰ ਫੈਮਲੀਆਂ ਨਾਲ, ਕਿਉਂਕਿ ਇਹਨਾਂ ਦਾ ਖਾਨਦਾਨ ਵੀ ਉੱਧਰ ਚੜ੍ਹਦੇ ਪੰਜਾਬ 'ਚ ਉੱਠ ਕੇ ਇੱਧਰ ਲਹਿੰਦੇ ਵੱਲ ਆਇਆ ਸੀ, ਇਸ ਵਾਸਤੇ ਉਹਨਾਂ ਖਾਨਦਾਨ ਨੂੰ ਮਿਲਾਉਣ ਵਾਸਤੇ ਇੱਕ ਗ੍ਰੇਟ ਬੰਦਾ ਕੰਮ ਕਰ ਰਿਹਾ ਨਾਸਰ ਢਿੱਲੋਂ। ਤੇ ਉਹ ਕਹਿ ਰਹੇ ਨੇ ਆਪਣਾ ਕਿ ਪੰਜਾਬ ਪੁਲਿਸ ਦੀਆਂ ਬੜਕਾਂ ਬੜੀਆਂ ਹੁੰਦੀਆਂ ਨੇ, ਮਾਰ ਕੁਟਾਈਆਂ ਬੜੀਆਂ ਸਖਤ ਜੀ ਹੁੰਦੀ ਹੈ, ਚਾਹੇ ਉਹ ਭਾਵੇਂ ਇੱਧਰ ਦੀ ਹੋਏ ਤੇ ਭਾਵੇਂ ਉੱਧਰ ਦੀ ਹੋਏ। ਹੁਣ ਇੱਥੇ ਜੁਨੇਦ ਸਲੀਮ ਨੇ ਹਾਸਾ ਲਿਆਉਣ ਵਾਸਤੇ ਨਾ, ਆਪਣਾ ਕੀ ਆਉਂਦੇ ਹੁੰਦੇ ਨੇ ਕਿ ਸ਼ੋਅ ਨੂੰ 4 ਚੈਨਲ ਲਾਉਣ ਵਾਸਤੇ, ਲਾਫਟਰ ਲਿਆਉਣ ਵਾਸਤੇ ਆਪਣੇ ਕੋਲੋਂ ਹੀ ਗੱਲਬਾਤ ਕਰ ਲਈ,
ਕਿ ਉਹ ਜੀ ਉਕਾੜੇ ਵਿੱਚ ਇਹਨੂੰ ਕਿਸੇ ਨੇ ਫੋਨ ਕੀਤਾ ਕਿ ਦੀਪਾਲਪੁਰ ਕੋ ਬੰਦਾ ਕੋਈ ਬੂਟਾ ਸਿੰਘ ਤੇ ਮੈਨੂੰ ਉਹ ਮਿਲਵਾ ਦੇ। ਇਹਨੇ ਜਾ ਕੇ ਨਾ ਤੇ ਉਹ ਬੰਦੇ ਨੂੰ ਫੜ ਲਿਆਂਦਾ, ਉਹ ਜਿਹੜਾ ਕਿ ਬੂਟਾ ਸਿੰਘ ਹੈ ਹੀ ਨਹੀਂ ਸੀ, ਤੇ ਉਹਦੀ ਖੁੱਤੀ ਤੇ ਮਾਰੀ ਇੱਕ। ਉਹਨੇ ਕਿਹਾ ਆਹੋ ਆਹੋ ਜੀ ਮੈਂ ਹੀ ਹਾਂ ਬੂਟਾ ਸਿੰਘ, ਤੇ ਮੇਰੇ ਆਪਣਾ ਪੁੱਤਰ ਦਾ ਨਾਂ ਹੈ ਪਨੀਰੀ ਸਿੰਘ, ਮੇਰੇ ਪਿਓ ਦਾ ਨਾਂ ਹੈ ਦਰਖਤ ਸਿੰਘ। ਸੁਣੀ ਜਾਓ ਤੁਸੀਂ ਇਹਨਾਂ ਲੋਕਾਂ ਦੀਆਂ ਹਰਕਤਾਂ, ਨੈਸ਼ਨਲ ਟੀਵੀ ਦੇ ਉੱਤੇ ਬਹਿ ਕੇ ਤੁਹਾਨੂੰ ਸੁਣਾਉਂਦਾ ਮੈਂ ਕਲਿੱਪ। ਨਾਲ ਹੀ ਨਸੀਮ ਵਿੱਕੀ ਸਾਹਿਬ ਜਿਹੜੇ ਨੇ ਸਾਡੇ ਮਖੌਲੀਏ ਸਾਹਿਬ, ਹੈਂ ਉਹ ਨਾਲ ਹੀ ਕੂਪੇ। ਉਹਨੇ ਕਿਹਾ ਮੈਂ ਵੀ ਹਿੱਸਾ ਫਟਾਫਟ ਇਸ ਕੰਮ ਵਿੱਚ ਪਾ ਲਵਾਂ। ਉਹਨਾਂ ਆਖਿਆ ਮੇਰੇ ਛੋਟੇ ਭਰਾ ਦਾ ਨਾਂ ਘਾ ਸਿੰਘ, ਮੇਰੀਆਂ ਫੁੱਫੀਆਂ ਜੜੀ ਸਿੰਘ। ਹੁਣ ਇਹ ਗੱਲਾਂ ਤੇ ਬੜਾ ਲਾਫਟ ਦੇਣ ਨੂੰ ਆਇਆ ਤੇ ਮੈਨੂੰ ਅਫਸੋਸ ਹੋਇਆ ਇਹਨਾਂ ਦੇ ਨਾਲ ਨਾਲ ਨਾਸਰ ਢਿੱਲੋਂ ਦੇ, ਕਿ ਜਿਹਨੂੰ ਜਿਹਨੇ ਪੰਜਾਬ ਚ ਪੰਜਾਬੀ ਚ ਕੰਮ ਕੀਤਾ, ਪੰਜਾਬ ਲਈ ਕੰਮ ਕੀਤਾ, ਪੰਜਾਬੀਆਂ ਲਈ ਕੰਮ ਕੀਤਾ, ਇੰਨਾ ਲੋਕਾਂ ਪਿਆਰ ਦਿੱਤਾ, ਉਹ ਵੀ ਖੇਡ ਖੇਡ ਹੱਸੀ ਜਾਣ ਡਿਆ। ਉੱਥੇ ਯਾਰ ਉੱਥੇ ਠਾਕਦਾ ਉਹਨਾਂ ਨੇ ਕਿ ਯਾਰ ਇਹ ਕੀ ਕੀਤਾ ਜੇ ਬਾਈ, ਇਹਨੂੰ ਦੁਬਾਰਾ ਇਹਨਾਂ ਨੂੰ ਸ਼ੂਟ ਕਰੋ, ਕਿਉਂ ਬੇਇੱਜ਼ਤੀ ਤੁਸੀਂ ਕਰਨ ਡਏ ਹੋ ਯਾਰ, ਉਹ ਵੀ ਸਾਡੇ ਭੈਣਾਂ ਭਰਾ ਨੇ, ਕਿਉਂ ਉਹਨਾਂ ਦਾ ਤੁਸੀਂ ਦਿਲ ਤੋੜਦੇ ਹੋ ਪਏ? ਕੀ ਹੈ ਜਿਹੜਾ ਇੰਨਾ ਕੁ ਟੋਟਾ ਸੁਣ ਕੇ, ਇਹ ਹੁਣ ਇਹਨਾਂ ਦਾ ਜਿਹੜਾ 3 ਦਿਨ ਪਹਿਲੇ ਦਾ ਪ੍ਰੋਗਰਾਮ ਹੈ ਉਹਦੇ ਵਿੱਚ 28 ਮਿੰਟ ਤੇ 5 ਸੈਕਿੰਡ ਤੇ ਜਾ ਕੇ ਜੁਨੇਦ ਸਲੀਮ ਸਾਹਿਬ ਜਿਹੜੇ ਨਾ ਇਹ ਬਕੂਆ ਪੇਸ਼ ਕਰਦੇ ਨੇ ਇੱਕ ਲਾਫਟਰ ਲਿਆਉਣ ਵਾਸਤੇ। ਯਾਨੀ ਲਾਫਟਰ ਲਿਆਉਣ ਵਾਸਤੇ ਜਿਹੜੇ ਕਿ ਇਸ ਧਰਤੀ ਦੇ ਜਿਹੜੇ ਭੈਣਾਂ ਭਰਾ ਨੇ, ਚੜ੍ਹਦੇ ਪੰਜਾਬ ਦੇ ਜਿਹੜੇ ਲੋਕ ਨੇ, ਉਹਨਾਂ ਨੂੰ ਬੇਇੱਜ਼ਤੀ ਕੀਤੀ ਜਾ ਰਹੀ ਹੈ। ਅਫਸੋਸ ਹੁੰਦਾ ਤੇ ਫਿਰ ਅਸੀਂ ਆਪਣੇ ਆਪ ਨੂੰ ਬੜੇ ਜਨਾਬ ਵਾਲੇ ਕਹਿੰਦੇ ਹਾਂ ਕਿ ਬੜੇ ਅਸੀਂ ਪੜ੍ਹੇ ਲਿਖੇ ਲੋਕ ਹਾਂ, ਅਸੀਂ ਤੇ ਲੋਕਾਂ ਨਾਲ ਪਿਆਰ ਵੰਡਣ ਵਾਲੇ ਲੋਕ, ਅਸੀਂ ਤੇ ਐਕਟਰ ਲੋਕ ਹਾਂ, ਅਸੀਂ ਤੇ ਫਲਾਉਣ ਤੇ ਧਮਕਾਉਣ, ਹਰਕਤਾਂ ਇਹਨਾਂ ਦੀਆਂ ਹੈ ਜੇ। ਉਹ ਕਲਿੱਪ ਸੁਣਨਾ ਜੇ, ਇਹ ਸੁਣੋ। ਹੁਣ ਮੈਨੂੰ ਨਹੀਂ ਪਤਾ ਕਿ ਸਟ੍ਰਾਈਕ ਦੇਣਗੇ ਤੇ ਬੇਸ਼ੱਕ ਪਏ ਦੇਣ, ਲੇਕਿਨ ਕੰਮ ਅਜ ਕੰਮ ਇਹਨਾਂ ਦਾ ਚਿਹਰਾ ਜਿਹੜਾ ਨਾ ਉਹ ਸਾਹਮਣੇ ਮੈਂ ਜ਼ਰੂਰ ਲਿਆਉਣਾ। ਇਹ ਵੇਖੋ ਤੁਸੀਂ ਕਲਿੱਪ। ਪੰਜਾਬ ਪੁਲਿਸ ਕਾ ਟਿਪੀਕਲ ਕਲਚਰ ਹੈ, ਸਖਤੀ ਹੈ, ਇਹ ਆਪਕੇ ਇਸ ਮਾਮਲੇ ਮੇਂ ਵੀ ਕਾਮ ਆਈ ਹੈ? ਬਹੁਤ ਕਾਮ ਆਈ ਹੈ। ਉੱਥੇ ਇੱਕ ਸਰਦਾਰ ਜੀ ਨੇ ਇਹਨਾਂ ਨੂੰ ਕਿਹਾ, ਨਾਜ਼ਰ ਸਾਹਿਬ ਨੂੰ ਕਿਹਾ ਕਿ ਫਲਾਂ ਜਗ੍ਹਾ ਤੇ ਉਕਾੜੇ ਦੇ ਕਰੀਬ ਕੋਈ ਇੱਕ ਬੂਟਾ ਸਿੰਘ ਬੰਦਾ ਹੈ, ਉਹ ਤਾਂ ਮਿਲਵਾ ਦਿਓ ਮੈਨੂੰ। ਤੇ ਨਾਸਰ ਸਾਹਿਬ ਨੇ ਉੱਥੇ ਕੋਈ ਦੀਪਾਲਪੁਰ ਤੋਂ ਬੰਦਾ ਫੜ ਲਿਆ ਕਿ ਯਾਰ ਤੂੰ ਲੱਗਦਾ ਮੈਨੂੰ ਬੂਟਾ ਸਿੰਘ ਹੀ ਹੈ, ਉਹ ਕਸਮਾ ਖਾਂਦੇ ਨਹੀਂ ਜੀ ਮੈਂ ਬੂਟਾ ਸਿੰਘ ਨਹੀਂ। ਨਾਸਰ ਸਾਹਿਬ ਨੇ 2 ਰੱਖੀਆਂ ਪੰਜਾਬ ਪੁਲਿਸ ਵਾਲੀਆਂ ਉਹਦੀ ਖੁੱਤੀ ਤੇ, ਉਹ ਮੰਨ ਗਿਆ, ਕਹਿੰਦਾ ਹਾਂ ਜੀ ਮੈਂ ਹੀ ਬੂਟਾ ਸਿੰਘ ਹੈ, ਮੇਰੇ ਬੱਚੇ ਦਾ ਨਾਂ ਪਨੀਰੀ ਹੈ ਤੇ ਮੇਰੇ ਪਿਓ ਦਾ ਨਾਂ ਦਰਖਤ ਸਿੰਘ ਹੈ, ਸਾਰਾ ਮੰਨ ਗਿਆ। 3 ਨਸਲਾਂ ਉਹਨੇ ਦੱਸ ਦਿੱਤੀਆਂ, ਛੋਟੇ ਭਰਾ ਦਾ ਨਾਂ ਘਾ ਸਿੰਘ, ਉਹ ਹਲੇ ਉੱਗਿਆ ਨਹੀਂ, ਛੋਟਾ ਛੋਟਾ ਹੀ ਹੈ, ਮੇਰੀਆਂ ਫੁੱਫੀਆਂ ਜੜੀ ਸਿੰਘ ਨੇ। ਬੜਾ ਤੀਰ ਮਾਰਿਆ ਤੁਸੀਂ ਹਸਾ ਕੇ ਸਰਕਾਰ, ਜੁਨੇਦ ਸਾਹਿਬ ਤੇ ਵਿੱਕੀ ਸਾਹਿਬ, ਬੜਾ ਤੀਰ ਮਾਰ ਲਿਆ ਤੁਸੀਂ ਯਾਰ। ਇੱਧਰ ਦੇ ਲੋਕਾਂ ਨੂੰ, ਚੰਦ ਲੋਕਾਂ ਨੂੰ ਤਾਂ ਹਸਾ ਲਿਆ, ਲੇਕਿਨ ਉੱਧਰ ਕਿੰਨੇ ਕਰੋੜਾਂ ਲੋਕਾਂ ਦਾ ਤੁਸੀਂ ਦਿਲ ਤੋੜਿਆ। ਕੰਮ ਅਜ ਕੰਮ ਇਹ ਸੋਚਿਆ ਕਰੋ ਕਿ ਨੈਸ਼ਨਲ ਟੀਵੀ ਦੇ ਉੱਤੇ ਬੈਠੇ ਯਾਰ, ਜਿਹਨੂੰ ਦੁਨੀਆ ਭਰ ਵਿੱਚ ਕਰੋੜਾਂ ਲੋਕ ਪਏ ਵੇਖਦੇ ਨੇ, ਤੁਸੀਂ ਆਪਣੇ ਘਰ ਬਰਾਂਡੇ 'ਚ ਬਹਿ ਕੇ ਦੁਨੀਆ ਗੱਲ ਕਰਨ ਡੇ। ਖੁਦਾਰਾ ਜੇ ਇਹ ਵੀਡੀਓ ਤੁਹਾਡੇ ਤੀਕਰ ਪੜੇ ਨਾ, ਤੇ ਅਸੀਂ ਮੰਗ ਕਰ ਰਹੇ ਜਿੰਨੇ ਵੀ ਪੰਜਾਬੀ ਆ ਕਿ ਤੁਸੀਂ ਆਪਣੇ ਇਸ ਰਵੱਈਏ ਤੇ 3 ਬੰਦੇ ਮਾਜ਼ਰਤ ਕਰੋ ਆ ਕੇ, ਇੱਥੇ ਵੀਡੀਓ ਕਰੋ ਤੁਸੀਂ ਕਿ ਤੁਸੀਂ ਗਲਤ ਕੀਤਾ, ਤੁਸੀਂ ਉਹਨਾਂ ਲੋਕਾਂ ਦਾ ਦਿਲ ਦੁਖਾਇਆ, ਇਹਦੇ ਨਾਲ ਤੁਹਾਡਾ ਕੀ ਕੱਦ ਵੱਧ ਗਿਆ? ਰੱਬ ਦੀ ਇੱਜ਼ਤ ਦੀ ਕਸਮ, ਤੁਹਾਡਾ 3 ਦਾ ਕੱਦ ਘਟਿਆ, ਵਧਿਆ ਨਹੀਂ। ਆਪਣੀ ਰੇਟਿੰਗ ਦੇ ਚੱਕਰਾਂ ਵਿੱਚ ਤੁਸੀਂ ਕੀ ਕੁਝ ਕਰ ਜਾਂਦੇ ਹੋ ਯਾਰ। ਖੁਦਾਰਾ ਜੁਨੇਦ ਸਲੀਮ ਸਾਹਿਬ, ਜਦੋਂ ਕੋਈ ਪ੍ਰਾਹੁਣਾ ਸੱਦਦੇ ਹੋ ਨਾ, ਤੇ ਕੰਮ ਅਜ ਕੰਮ ਥੋੜਾ ਖਿਆਲ ਕਰਿਆ ਕਰੋ ਕਿ ਤੁਹਾਡਾ ਸ਼ੋਅ ਪੂਰੀ ਦੁਨੀਆ ਦੇ ਵੇਖਿਆ ਜਾ ਰਿਹਾ, ਹੁਣ ਇਹ ਵੀਡੀਓ ਤੁਹਾਡੇ ਤੀਕਰ ਪਹੁੰਚਣੀ ਹੈ। ਜੇ ਤੇ ਤੁਸੀਂ ਤੁਹਾਡੇ ਵਿੱਚ ਦਿਲ ਹੋਇਆ ਨਾ, ਗੁਰਦਾ ਹੋਇਆ, ਵਾਕਈ ਤੁਸੀਂ ਪੰਜਾਬੀ ਮਿੱਟੀ ਨਾਲ ਪਿਆਰ ਕਰਦੇ ਹੋਏ, ਇਨਸਾਨੀਅਤ ਦਾ ਦਰਦ, ਉਹਨਾਂ ਦੀ ਕਦਰ ਤੁਹਾਡੇ ਦਿਲ ਵਿੱਚ ਹੋਈ, ਤਾਂ ਤੁਸੀਂ ਇਹਦੇ ਤੇ ਮਾਜ਼ਰਤ ਜ਼ਰੂਰ ਕਰੋਗੇ ਸਾਡੇ ਕੋਲ ਗਲਤੀ ਹੋਈ ਹੈ।
ਉਹਨਾਂ ਹਜ਼ਾਰਾਂ ਲੋਕਾਂ ਦਾ ਜਿਹੜਾ ਦਾ ਦਿਲ ਟੁੱਟਿਆ ਉਹਨਾਂ ਦੇ ਸਾਹਮਣੇ ਤੁਸੀਂ ਮਾਫੀ ਜ਼ਰੂਰ ਮੰਗੋਗੇ। ਮੈਨੂੰ ਤੁਹਾਡੀ ਮਾਫੀ ਦੀ ਲੋੜ ਨਹੀਂ, ਮਾਫੀ ਤਾਂ ਉਹਨਾਂ ਨੂੰ ਲੋੜ ਹੈ ਜਿਨ੍ਹਾਂ ਦੀ ਤੁਸੀਂ ਬੇਇੱਜ਼ਤੀ ਕੀਤੀ। ਬਸ ਅੱਲਾਹ ਪਾਕ ਸਾਡੇ ਤੇ ਆਪਣੀਆਂ ਰਹਿਮਤਾਂ ਕਰੇ ਤੇ ਕਰਮ ਕਰੇ, ਇੰਨਾ ਦਿਲ ਜ਼ਰੂਰ ਦੇ ਦੇ ਕਿ ਅਸੀਂ ਦੂਸਰਿਆਂ ਦੀ ਜਿਹੜੇ ਕਦਰ ਕਰਨ ਵਾਲੇ ਹੋ ਜਾਈਏ। ਫਿਰ ਉਹ ਬੜੇ ਸ਼ੇਰ ਤੁਸੀਂ ਪੜ੍ਹਦੇ ਹੁੰਦੇ ਹੋ, ਢਾ ਦੇ ਮੰਦਰ, ਢਾ ਦੇ ਮਸਜਿਦ, ਢਾ ਦੇ ਜੋ ਕੋਈ ਢਹਿੰਦਾ, ਪਰ ਕਿਸੇ ਦਾ ਦਿਲ ਨਾ ਢਾਵੀ ਰੱਬ ਦਿਲਾਂ ਵਿੱਚ ਰਹਿੰਦਾ। ਹੈਂ, ਇਹ ਤੁਸੀਂ ਦਿਲ ਨਹੀਂ ਢਾਇਆ, ਫਿਰ ਤੁਹਾਨੂੰ ਅੱਲਾਹ ਦੀ ਰਜ਼ਾ ਵਾਸਤੇ ਉਹਨਾਂ ਤੋਂ ਮਾਜ਼ਰਤ ਕਰਨੀ ਚਾਹੀਦੀ ਹੈ। ਸੋਚਿਓ ਜ਼ਰੂਰ ਮੇਰੀ ਇਸ ਗੱਲ 'ਤੇ।